ਜ਼ਿੰਦਾਬਾਦ ਮੁਰਦਾਬਾਦ ਜ਼ਿੰਦਾਬਾਦ ਦੇਖੋ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਦੀ ਗੱਲ ਤਾਂ ਬਹੁਤ ਟਾਈਮ ਤੋਂ ਹੋ ਰਹੀ ਆ। ਆਪਾਂ ਉਹਨਾਂ ਫਿਲਮਾਂ ਨੂੰ ਪਿਆਰ ਵੀ ਬਹੁਤ ਦਿੱਤਾ ਵਾ ਅਤੇ ਸਾਡੀ ਫਿਲਮ 'ਚ ਕੋਈ ਵੀ ਇੱਦਾਂ ਦੀ ਗੱਲ ਨਹੀਂ ਹੈਗੀ ਜਿਹਦਾ ਵਿਰੋਧ ਕੀਤਾ ਜਾਵੇ। ਮੈਨੂੰ ਲੱਗਦਾ ਆਪਾਂ ਪਿਆਰ ਦੀ ਫਿਲਮ ਬਣਾਈ ਹੈ ਇੱਕ, ਅਤੇ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਵੀ ਕੋਈ ਇੱਦਾਂ ਦੀ ਫਿਲਮ ਬਣਦੀ ਆ ਜਿਹਦੇ 'ਚ ਪਿਆਰ ਦੀ ਗੱਲ ਹੁੰਦੀ ਆ ਤਾਂ ਉਹ ਮੈਸੇਜ ਜਿਹੜਾ ਵਾ ਜਦੋਂ ਕੋਈ ਚੀਜ਼ ਦੇਖ ਲੈਂਦਾ ਤਾਂ ਹੀ ਕਲੀਅਰ ਹੁੰਦਾ ਵਾ। ਜਿੰਨਾ ਚਿਰ ਚੀਜ਼ ਨਹੀਂ ਦੇਖੀ ਹੁੰਦੀ ਤਾਂ ਹਰ ਬੰਦਾ ਆਪਣੇ ਤਰੀਕੇ। ਇਹ ਕਿਹੜਾ ਫੋਨ ਆ? ਇਹ ਰਿੰਗ ਟੋਨ ਕਿਹੜੀ ਲਾਈ ਆ? ਰਿੰਗ ਟੋਨ ਤਾਂ ਉੱਧਰ ਵਾਲੀ ਲੱਗੀ ਦੂਜੀ। ਮੈਨੂੰ ਲੱਗਦਾ ਜਦੋਂ ਚੀਜ਼ ਦੇਖ ਲੈਂਦਾ ਕੋਈ, ਕਈ ਵਾਰ ਸਾਡੇ ਮਨ 'ਚ ਨਾ ਪਰਸੈਪਸ਼ਨ ਹੁੰਦੀ ਹੈ, ਜਿੱਦਾਂ ਤੁਹਾਡੇ ਮਨਾਂ 'ਚ ਸਾਡੇ ਸਾਰਿਆਂ ਲਈ ਕੋਈ ਨਾ ਕੋਈ ਪਰਸੈਪਸ਼ਨ ਹੋਵੇਗੀ ਜੋ ਤੁਸੀਂ ਸਾਨੂੰ ਦੂਰੋਂ ਦੇਖਦੇ ਹੋ। ਸਾਡੇ ਮਨਾਂ 'ਚ ਤੁਹਾਡੇ ਵਾਸਤੇ ਕੋਈ ਪਰਸੈਪਸ਼ਨ ਹੋਵੇਗੀ ਕਿ ਹਾਂ ਇੱਕ ਪਰਟੀਕੁਲਰ ਤਰੀਕੇ ਦੇ ਹੀ ਲੋਕ ਹੁੰਦੇ ਨੇ ਵੈਨ ਇਟ ਕਮਸ ਟੂ ਪ੍ਰੈਸ, ਜਾਂ ਪਰਟੀਕੁਲਰ ਤਰੀਕੇ ਦੇ ਲੋਕ ਹੁੰਦੇ ਨੇ ਸਿੰਗਰ ਜਾਂ ਐਕਟਰ। ਬਟ ਜਦੋਂ ਤੁਸੀਂ ਵਿਚਰਦੇ ਉਹਨਾਂ ਦੇ ਨਾਲ, ਤੁਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਤੁਸੀਂ ਉਹਨਾਂ ਨੂੰ ਪਰਸਨਲ ਲੈਵਲ 'ਤੇ ਜਾਣਦੇ ਹੋ। ਸੇਮ ਸਾਡੀ ਫਿਲਮ ਆ, ਕੀ ਪਤਾ ਟ੍ਰੇਲਰ ਦੇ ਵਿੱਚ ਕੋਈ ਚੀਜ਼ ਉਹਨਾਂ ਨੂੰ ਉੱਦਾਂ ਦੀ ਲੱਗੀ ਹੋਈ ਜਿਹਦੇ 'ਚ ਉਹਨਾਂ ਨੂੰ ਲੱਗਦਾ ਹੋਇਆ ਕਿ ਆਪਾਂ ਕੋਈ ਗਲਤ ਮੈਸੇਜ ਜਾਂ ਗਲਤ ਚੀਜ਼ ਕਨਵੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਟ ਟ੍ਰੇਲਰ ਵੀ ਬਹੁਤ ਲੋਕਾਂ ਨੂੰ ਪਿਆਰ, ਲੋਕਾਂ ਦਾ ਪਿਆਰ ਮਿਲ ਰਿਹਾ। ਬਟ ਮੈਨੂੰ ਲੱਗਦਾ ਜਿਹੜੀ ਪੂਰੀ ਪਿਕਚਰ ਆ ਉਹ ਫਿਲਮ ਦੇਖਣ ਤੋਂ ਬਾਅਦ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ। ਦੇਖੋ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਦੀ ਗੱਲ ਤਾਂ ਬਹੁਤ ਟਾਈਮ ਤੋਂ ਹੋ ਰਹੀ ਆ। ਆਪਾਂ ਉਹਨਾਂ ਫਿਲਮਾਂ ਨੂੰ ਪਿਆਰ ਵੀ ਬਹੁਤ ਦਿੱਤਾ ਵਾ ਅਤੇ ਸਾਡੀ ਫਿਲਮ 'ਚ ਕੋਈ ਵੀ ਇੱਦਾਂ ਦੀ ਗੱਲ ਨਹੀਂ ਹੈਗੀ ਜਿਹਦਾ ਵਿਰੋਧ ਕੀਤਾ ਜਾਵੇ। ਮੈਨੂੰ ਲੱਗਦਾ ਆਪਾਂ ਪਿਆਰ ਦੀ ਫਿਲਮ ਬਣਾਈ ਹੈ ਇੱਕ, ਅਤੇ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਵੀ ਕੋਈ ਇੱਦਾਂ ਦੀ ਫਿਲਮ ਬਣਦੀ ਆ ਜਿਹਦੇ 'ਚ ਪਿਆਰ ਦੀ ਗੱਲ ਹੁੰਦੀ ਆ ਤਾਂ ਉਹ ਮੈਸੇਜ ਜਿਹੜਾ ਵਾ ਜਦੋਂ ਕੋਈ ਚੀਜ਼ ਦੇਖ ਲੈਂਦਾ ਤਾਂ ਹੀ ਕਲੀਅਰ ਹੁੰਦਾ ਵਾ। ਜਿੰਨਾ ਚਿਰ ਚੀਜ਼ ਨਹੀਂ ਦੇਖੀ ਹੁੰਦੀ ਤਾਂ ਹਰ ਬੰਦਾ ਆਪਣੇ ਤਰੀਕੇ। ਇਹ ਕਿਹੜਾ ਫੋਨ ਆ? ਇਹ ਰਿੰਗ ਟੋਨ ਕਿਹੜੀ ਲਾਈ ਆ? ਰਿੰਗ ਟੋਨ ਤਾਂ ਉੱਧਰ ਵਾਲੀ ਲੱਗੀ ਦੂਜੀ। ਮੈਨੂੰ ਲੱਗਦਾ ਜਦੋਂ ਚੀਜ਼ ਦੇਖ ਲੈਂਦਾ ਕੋਈ, ਕਈ ਵਾਰ ਸਾਡੇ ਮਨ 'ਚ ਨਾ ਪਰਸੈਪਸ਼ਨ ਹੁੰਦੀ ਹੈ, ਜਿੱਦਾਂ ਤੁਹਾਡੇ ਮਨਾਂ 'ਚ ਸਾਡੇ ਸਾਰਿਆਂ ਲਈ ਕੋਈ ਨਾ ਕੋਈ ਪਰਸੈਪਸ਼ਨ ਹੋਵੇਗੀ ਜੋ ਤੁਸੀਂ ਸਾਨੂੰ ਦੂਰੋਂ ਦੇਖਦੇ ਹੋ। ਸਾਡੇ ਮਨਾਂ 'ਚ ਤੁਹਾਡੇ ਵਾਸਤੇ ਕੋਈ ਪਰਸੈਪਸ਼ਨ ਹੋਵੇਗੀ ਕਿ ਹਾਂ ਇੱਕ ਪਰਟੀਕੁਲਰ ਤਰੀਕੇ ਦੇ ਹੀ ਲੋਕ ਹੁੰਦੇ ਨੇ ਵੈਨ ਇਟ ਕਮਸ ਟੂ ਪ੍ਰੈਸ, ਜਾਂ ਪਰਟੀਕੁਲਰ ਤਰੀਕੇ ਦੇ ਲੋਕ ਹੁੰਦੇ ਨੇ ਸਿੰਗਰ ਜਾਂ ਐਕਟਰ।
ਬਟ ਜਦੋਂ ਤੁਸੀਂ ਵਿਚਰਦੇ ਉਹਨਾਂ ਦੇ ਨਾਲ, ਤੁਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹੋ, ਕਿਉਂਕਿ ਤੁਸੀਂ ਉਹਨਾਂ ਨੂੰ ਪਰਸਨਲ ਲੈਵਲ 'ਤੇ ਜਾਣਦੇ ਹੋ। ਸੇਮ ਸਾਡੀ ਫਿਲਮ ਆ ਕੀਪ ਦਾ ਟ੍ਰੇਲਰ ਦੇ ਵਿੱਚ ਕੋਈ ਚੀਜ਼ ਉਹਨਾਂ ਨੂੰ ਉੱਦਾਂ ਦੀ ਲੱਗੀ ਹੋਈ ਜਿਹਦੇ 'ਚ ਉਹਨਾਂ ਨੂੰ ਲੱਗਦਾ ਹੋਇਆ ਕਿ ਆਪਾਂ ਕੋਈ ਗਲਤ ਮੈਸੇਜ ਜਾਂ ਗਲਤ ਚੀਜ਼ ਕਨਵੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਟ ਟ੍ਰੇਲਰ ਬਹੁਤ ਟ੍ਰੇਲਰ ਵੀ ਬਹੁਤ ਲੋਕਾਂ ਨੂੰ ਪਿਆਰ ਲੋਕਾਂ ਦਾ ਪਿਆਰ ਮਿਲ ਰਿਹਾ, ਬਟ ਮੈਨੂੰ ਲੱਗਦਾ ਜਿਹੜੀ ਪੂਰੀ ਪਿਕਚਰ ਆ ਉਹ ਫਿਲਮ ਦੇਖਣ ਤੋਂ ਬਾਅਦ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ। ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈੱਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।